मोबाइल तो लाइट चला दे। सारे भरावां नूं सति श्री अकाल साथियों, जिवें तुहानू एक डेढ़ घंटा पहला दो घंटे पहला ग्रुपां दे विच मान लो बाइटां पाईआं सी, वीडियो पाईआं सी, पर किसे भी साथी दा कोई जवाब नहीं आया। साथियों अज जे उत्थे धक्का होया ते इत्थे भी हो सकदा है। जे इत्थे आपां झोने दीआं नरमे दे जिहड़े बीमे क्लेम आपां आपदे मंग रहे हां, ते कल नूं आपां आपदीआं मंगां रखांगे, इत्थे भी आपणे लाठीचार्ज हो सकदा। इस करके असीं आपदे इलाके दे ग्रुपां दे विच वी बहुत ਬਾਈਟਾਂ ਪਾਈਆਂ ਵੀ ਸਾਥੀਓ ਪਹੁੰਚੋ। ਆਉਣਾ ਤਾਂ ਕੀ ਹੈ ਕਿ ਸਾਥੀ ਦਾ ਜਵਾਬ ਨਹੀਂ ਆਇਆ ਵੀ ਆਉਂਦੇ ਆ ਜਾਂ ਨਹੀਂ ਆਉਂਦੇ, ਵੀ ਯਾਰ ਤੁਸੀਂ ਜਾਓ। ਚਲੋ ਆਉਣਾ ਜਾਂ ਨਹੀਂ ਆਉਣਾ ਵੱਖਰੀ ਗੱਲ, ਜਵਾਬ ਤਾਂ ਦਿਆ ਕਰੋ ਸਾਥੀਓ। ਅਤੇ ਹੁਣ ਇੱਥੇ ਅਸੀਂ ਬਾਤ ਦੀ ਟੋਲ ਪਲਾਜ਼ਾ 'ਤੇ ਟੋਲ ਫਰੀ ਕੀਤਾ ਹੋਇਆ ਜਾਮ ਕੀਤਾ, ਸਾਰੇ ਸਾਥੀ ਬੈਠੇ ਆ, ਅਤੇ ਇਸ ਕਰਕੇ ਬੇਨਤੀ ਹੈ ਵੀ ਇਹ ਜਥੇਬੰਦੀ ਦੇ ਮੈਟਰਾਂ ਤੋਂ ਉੱਪਰ ਉੱਠ ਕੇ ਜੇ ਕਿਸੇ ਨਾਲ ਧੱਕਾ ਹੁੰਦਾ ਤਾਂ ਆਪਾਂ ਖੜਿਆ ਕਰੀਏ। ਇਹੀ ਬੇਨਤੀ ਹੈ, ਧੰਨਵਾਦ। ਨੰਬਰਦਾਰ ਜੀ ਕਾਲ ਸੁਣੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੂੰ ਤੁਸੀਂ ਮੰਨ ਲਓ ਕੋਈ ਲੜਾਈ ਕਿਸੇ ਇੱਕ ਯੂਨੀਅਨ ਦੀ ਨਾ ਸਮਝੋ, ਇਹ ਕਿਸਾਨ ਮਜ਼ਦੂਰ ਸਾਰਿਆਂ ਦੀ ਲੜਾਈ ਹੈ, ਸਾਰੇ ਸਭ ਦੀ ਲੜਾਈ ਹੈ, ਸਾਂਝੀ ਲੜਾਈ ਹੈ। ਅੱਜ ਇੱਕ ਤੇ ਧੱਕਾ ਹੋਇਆ, ਕੱਲ ਦੂਜੇ ਤੇ ਹੋਏਗਾ, ਨੰਬਰ ਸਾਰਿਆਂ ਦੇ ਲੱਗੇਗਾ ਵਾਰੀ ਵਾਰੀ। ਪਹਿਲਾਂ ਕਿਸਾਨਾਂ ਦਾ ਲੱਗਿਆ, ਫਿਰ ਜਵਾਨਾਂ ਦਾ ਲੱਗਿਆ, ਪਹਿਲਵਾਨਾਂ ਦਾ ਲੱਗਿਆ, ਹੁਣ ਸਾਰੇ ਹੁਣ ਨੰਬਰ ਫਿਰ ਆ ਗਿਆ। ਹੁਣ ਤੁਸੀਂ ਕਹੋ ਜੀ ਵੀ ਚੜੂਨੀ ਜਿੱਥੇ ਬੰਦੇ ਨੇ ਕਾਲ ਦਿੱਤੀ ਉਹਨਾਂ ਦੇ ਸਿਰ ਪਾਟ ਕੇ ਤਾਂ ਸਵੇਰੇ ਕਿਤੇ ਹੋਰ ਤੋਂ ਹੀ ਪਾਟ ਸਕਦੇ ਨੇ। ਬਾਕੀ ਇਹ ਆਪਾਂ ਕਿਸਾਨ ਹੈਗੇ ਹਾਂ, ਜਥੇਬੰਦੀਆਂ ਨਾਲ ਤਾਂ ਬਾਅਦ ਜੁੜੇ ਹਾਂ। ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਆਪਾਂ ਕੋਈ ਜਥੇਬੰਦੀਆਂ ਨਾਲ ਇੰਨੇ ਐਕਟਿਵ ਨਹੀਂ ਸੀ, ਕਿਸਾਨੀ ਕਰਕੇ ਆਇਆ ਸੀ ਅਤੇ ਸਾਰੇ ਭਰਾ ਜੁੜੇ ਹਾਂ। ਅਤੇ ਬਾਕੀ ਇਹ ਗੱਲ ਧੱਕਾ ਜਿਹਦੇ ਨਾਲ ਵੀ ਆਉਣਾ ਚਾਹੀਦਾ। ਅਤੇ ਹੁਣ ਰਵਿੰਦਰ ਵੀਰ ਨੇ ਜਿਵੇਂ ਕਿਹਾ, ਮੈਂ ਇਹਦੇ ਤਾਂ ਜਿਵੇਂ ਬੈਟਰੀ ਰਹਿ ਗਈ, 2-3% ਫੋਨ ਬੰਦ ਕਰਨਾ ਪਿਆ। ਅਸੀਂ ਪੋਸਟ ਵੀਡੀਓ ਇਹਨਾਂ ਆਡੀਓ ਭੇਜਤੀ, ਇਹਨਾਂ ਅੱਗੇ ਪਾਈ ਵੀ, ਪਰ ਬੜੇ ਸ਼ਰਮ ਦੀ ਗੱਲ ਹੈ ਵੀ ਕੋਈ ਨਹੀਂ ਜੇ ਰਿਸਪੋਂਸ ਦੇ ਰਿਹਾ। ਅਗਲਾ ਕਹਿੰਦਾ ਵੀ ਫਲਾਣੇ ਜਥੇਬੰਦੀ ਹੈ, ਚਮਕਾਣੇ ਜਥੇਬੰਦੀ ਹੈ, ਇੱਥੇ ਜਥੇਬੰਦੀ ਨੂੰ ਛੱਡ ਦਿਓ, ਕਿਸਾਨ ਦੀ ਮੌਤ ਹੋਈ ਆ। ਅਤੇ ਧੱਕਾ ਜੇ ਅੱਜ ਸੂਰਜਮੁਖੀ ਨਾਲ ਹੈ, ਕੱਲ੍ਹ ਸਰੋਂ ਨਾਲ ਵੀ ਹੁੰਦਾ, ਕਣਕ ਨਾਲ ਵੀ ਹੁੰਦਾ, ਅਤੇ ਸਬਜ਼ੀਆਂ ਵਾਲੇ ਨਾਲ ਵੀ ਹੁੰਦਾ, ਹੈ ਤਾਂ ਕਿਸਾਨ ਹੀ ਨਾ। ਸੋ ਇਹਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਤੇ ਇਕੱਠੇ ਹੋ ਜਾਓ, ਅਤੇ ਜਿਵੇਂ ਵੀ ਅੱਗੋਂ ਗੱਲ ਹੋਏਗੀ ਅਤੇ ਆਪਾਂ ਇਹਨਾਂ ਕਾਰਵਾਈ ਕਰੀਏ, ਕਿਸਾਨ ਦੇ ਪੁੱਤ ਹੋ ਕੇ ਇਕੱਠੇ ਹੋਈਏ ਅਤੇ ਕਾਰਵਾਈ ਕਰੀਏ। ਰਾਤ ਇੱਥੇ ਹੀ ਦੇਵਾਂਗੇ, ਅੱਗੋਂ ਜੋ ਉੱਤੋਂ ਦੀ ਕੌਲ ਹੋਏਗੀ ਉਹ ਹਿਸਾਬ ਨਾਲ ਚੱਲਾਂਗੇ। ਪ੍ਰਧਾਨ ਜੀ ਤੁਹਾਨੂੰ ਦੱਸੋ, ਤੁਸੀਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।